ਜ਼ਮੀਨ ਮਰਰੇ ਚਾਰ ਆਪਣੇ ਹੁਣ ਪੱਠਾ ਘਰ ਦਾ 12 ਮਹੀਨੇ ਮੇਰੇ ਤੇ ਫਿਰ ਬਰਦਾਸ਼ਤ ਹੋ ਜਾਂਦਾ। ਦੂਸਰੀ ਗੱਲ ਇਹ ਕਿ ਵਾਹਿਦ ਇੱਕ ਮੇਰਾ ਡੇਰਾ ਹੈ ਜਿਹਦੇ 'ਚ 120 ਰੁਪਏ ਕਿਲੋ ਦੁੱਧ ਵਿਕਦਾ। ਇਸ ਤੋਂ ਇਲਾਵਾ ਜਦੋਂ ਮੱਝ ਸੂਣ 'ਤੇ ਆਉਂਦੇ ਨਾ, ਜਦੋਂ ਮੱਝ ਬੈਠ ਜਾਂਦੀ ਹੈ, ਸੂਣ ਲੱਗਦੀ ਹੈ, ਭਾਂਡਾ ਸੁੱਟਦੀ ਹੈ, ਪਾਣੀ ਜਾਂ ਸੁੱਟਦੀ ਹੈ, ਉਸ ਤੋਂ ਬਾਅਦ ਉਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਮੱਝ ਖੈਲ ਗਈ ਹੈ। ਜਦੋਂ ਬੱਚੀ ਬੱਚੇ ਦਾ ਕੋਈ ਨਿਸ਼ਾਨ ਬਾਹਰ ਆਉਣ ਦਾ ਹੁੰਦਾ, ਉਹਨੂੰ ਇੱਕ ਮੁੱਠ ਲੂਣ ਦੀ ਇੱਕ ਖੰਡ ਦੀ ਦਿਛੜੋ, ਉਸ ਵਕਤ ਜੇ ਉਹ ਨਹੀਂ ਰੋਕੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਈ ਸਾਹਿਬ ਕੀ ਹਾਲ ਨੇ? ਅੱਲਾ ਦਾ ਕਰਮ ਹੈ, ਦੁਆ ਸ਼ੁਕਰ ਹੈ। ਹਾਈ ਸਾਹਿਬ ਅੱਗੇ ਵੀ ਤੁਹਾਡਾ ਇੰਟਰਵਿਊ ਕੀਤਾ, ਮਾਸ਼ਾਅੱਲਾ ਬੜਾ ਅੱਛਾ ਇੰਟਰਵਿਊ ਹੋਇਆ ਸੀ। ਤੇ ਹਾਈ ਸਾਹਿਬ ਕਿੰਨੇ ਜਾਨਵਰ ਨਵੇਂ ਤੁਸੀਂ ਪਾਏ ਨੇ? ਇਹ ਕੋਈ ਗਿਣਤਰੀ ਚ ਨਹੀਂ, ਮੇਰਾ ਖਿਆਲ 15-16 ਪਾ ਹੀ ਛੜੇ ਨੇ ਉਸ ਇੰਟਰਵਿਊ ਤੋਂ ਬਾਅਦ। ਮਾਸ਼ਾਅੱਲਾ ਪੁਰਾਣੇ ਜਾਨਵਰ ਸਾਰੇ ਸੇਲ ਹੋ ਚੁੱਕੇ ਨੇ? ਤਕਰੀਬਨ 90 ਹੋ ਚੁੱਕੇ ਨੇ। ਸਹੀ ਹੈ। ਹਾਈ ਸਾਹਿਬ ਇੱਕ ਦਫ਼ਾ ਸਾਡੇ ਨਾਜ਼ਰੀਨ ਦੁਬਾਰਾ ਦੱਸ ਦਿਓ ਕਿ ਤੁਹਾਡਾ ਤਜਰਬਾ ਕਿੰਨਾ ਇਸ ਕਾਰੋਬਾਰ ਦਾ? ਬਚਪਨ ਤੋਂ ਅਸੀਂ ਵੀ ਮਤਲਬ ਪਿਓ ਦਾਦੇ ਤੋਂ ਸਾਡਾ ਇਹ ਕਾਰੋਬਾਰ, ਇਹ ਕੋਈ ਅੱਜ ਦਾ ਨਹੀਂ। ਮਾਸ਼ਾਅੱਲਾ ਸਰ, ਤੁਹਾਡੀਆਂ ਗੱਲਾਂ ਵਿੱਚ ਪੂਰੀ ਜਾਨ ਹੁੰਦੀ ਹੈ ਪਹਿਲੀ ਤਾਲਾ ਦੀ ਮਤਲਬ ਜੀ। ਤੇ ਹਾਈ ਸਾਹਿਬ ਜਿਹੜੇ ਨੌਜਵਾਨ ਵੀਡੀਓ ਵੇਖਦੇ ਨੇ ਪੇ, ਉਹਨਾਂ ਨੂੰ ਕੋਈ ਆਈਡੀਆ ਦੱਸੋ ਉਹਦੇ ਕਾਰੋਬਾਰ ਦੇ ਮੁਤਲਕ, ਕੀ ਹਕੀਕਤ ਹੈ ਅੱਜ ਕੱਲ੍ਹ? ਅੱਜ ਕੱਲ੍ਹ ਕੁਛ ਆਵਾਮ ਮਹਿੰਗਾਈ ਦਾ ਵੀ ਰੋਣਾ ਰੋਂਦੀ ਹੈ ਪਈ, ਤੁਸੀਂ ਕੀ ਕਹਿੰਦੇ ਹੋ ਪੇ ਅੱਜ ਕੱਲ੍ਹ ਦੇ ਦੌਰ ਵਿੱਚ ਇਹ ਕਾਰੋਬਾਰ ਕੈਸਾ ਹੈ? ਅਸਲ ਬਾਤ ਇਹ ਕਿ ਜੇ ਤਾਂ ਵੇਖੀਏ ਨਾ ਮੌਜੂਦਾ ਫੀ ਜ਼ਮਾਨਾ, ਫਿਲਹਾਲ ਜੋ ਕੁਛ ਚੱਲਦਾ ਪਿਆ, ਫਿਰ ਤਾਂ ਬਾਰੇ 'ਚ ਨਹੀਂ ਆਉਂਦਾ, ਕਿਉਂਕਿ ਮੱਝ ਜਿਹੜੀ ਹੈ 3-3.5 ਤੱਕ ਚਲੀ ਗਈ, 3-3.5 ਮੱਝ ਉਹ ਵੀ ਵਿੱਚ ਹੈ ਜਿਹੜੀ 4-4.5 ਤੱਕ ਵੀ ਜਾਂਦੀ ਹੈ, 2 ਤੋਂ ਟੁਰੀ ਹੈ 4.5 ਤੱਕ ਜਾਂਦੀ ਹੈ। ਇੰਨੀ ਮਹਿੰਗਾਈ ਦੇ ਵਿੱਚ ਇੰਨੀ ਮੱਝ ਲੈਣੀ, ਅੱਗੋਂ ਪੱਠਾ ਕੋਈ ਨਹੀਂ ਮਿਲਦਾ, ਕਾਲ ਪੈ ਗਿਆ ਪੱਠੇ ਦਾ, ਕਣਕਾਂ ਨਹੀਂ ਮੁੰਜੀਆਂ ਦੇ ਵਿੱਚ ਪਈਆਂ, ਪੈਲੀ ਦੇ ਵਿੱਚ ਵੱਢੀਆਂ ਨਹੀਂ ਗਈਆਂ, ਮੱਝ ਨੂੰ ਕਿੱਥੋਂ ਲਿਆ ਕੇ ਖਰਚਾ ਅਖਰਾਜਾਤ ਕਿੱਥੋਂ ਕਰੀਏ? ਆਪਣੀ ਤਾਂ ਗੱਲ ਕੁਝ ਹੋਰ ਹੈ, ਅੱਲਾਹ ਦਾ ਫਜ਼ਲ ਮੇਰੇ 'ਤੇ ਤਾਂ ਸ਼ੁਰੂ ਤੋਂ ਹੀ ਪਿਓ ਦਾਦੇ 'ਤੇ ਤੁਰ ਕੇ, ਅਸੀਂ ਵੀ ਆਖਦਾ ਹੈ ਕਿ 3-3.5-4 ਲੱਖ ਰੁਪਇਆ ਮਾਹਵਾਰ ਖਰਚਿਆ ਹੈ, ਇੰਨੇ ਕੁ ਡੰਗਰਾਂ ਦਾ, ਮੁਲਾਜ਼ਮਾਂ ਦਾ ਵੀ ਖਰਚਾ ਹੈ, ਪੱਠਾ ਅੱਲਾ ਮਰਲੇ ਵੀ 4 ਰੱਬ ਨੇ ਦਿੱਤੇ, 8-9 ਕਿੱਲੇ ਸਟਾਲ ਹੈ, ਫਿਰ ਵੀ ਨਹੀਂ ਅਪੜਿਆ ਜਾਂਦਾ, ਕਿਉਂ ਕਿ 3.5-3.75 ਤੋਂ ਘੱਟ ਕਿੱਲਾ ਕਮਾਦ ਨਹੀਂ ਮਿਲਦਾ ਪਿਆ, ਤੂੜੀ 800 ਰੁਪਏ ਹੋ ਗਈ, ਸ਼ਟਾਲਾ ਜੇ ਕੰਡੇ ਤੋਂ ਲਿਆਈਏ ਤਾਂ 250-300 ਰੁਪਏ ਤੋਂ, ਕਣਕ ਨੂੰ ਹੁਣ ਬੈਲ ਲਾਤਾ ਹਕੂਮਤ ਨੇ, ਕਣਕ ਨਹੀਂ ਕੱਟਣ ਦਿੰਦੇ, ਜੇ ਕਿਤੇ ਦੂਰ ਦਰਾਜ ਤੋਂ ਲਈਏ ਜਾ ਕੇ ਉਹ ਵੀ 60-70 ਤੋਂ ਕਿੱਲਾ ਮਿਲਦਾ, ਉਹ ਵੀ ਜਨਾਬ ਹੁਣ ਪਾਬੰਦੀ ਲੱਗ ਗਈ, ਫਿਰ ਇਸ ਸਾਲ 'ਚ ਤਾਂ ਫਿਰ ਡੰਗਰਾਂ ਦੇ ਪਾਸੇ ਕਿੰਨੇ ਆਉਣਾ, ਫਿਰ ਇੱਕ ਹੋਰ ਸ਼ੁਰੂ ਹੋ ਪਈ, ਹੁਣ ਨਵੀਂ ਬਿਮਾਰੀ ਸ਼ੁਰੂ ਹੋ ਪਈ ਕੋਲ ਦੀ, ਕਿਉਂਕਿ ਪੱਠਾ ਨਾ ਮਿਲਣ ਦੇ ਨਾਲ ਪੱਠੇ ਸਾਫ਼ ਸੁਥਰਾ ਨਹੀਂ ਪਾਉਣਾ ਡੰਗਰਾਂ ਨੂੰ, ਸਾਡੇ ਤਾਂ ਅੱਲਾ ਦਾ ਕਰਮ ਹੈ, ਮੇਰੀ ਡੇਲੀ 'ਚ ਤਾਂ ਅੱਲਾ ਦਾ ਫਜ਼ਲ ਹੈ, ਅਸੀਂ ਤਾਂ ਟ੍ਰੀਟਮੈਂਟ ਮਤਲਬ ਮਸਾਲੇ ਵੀ ਦਿੰਦੇ ਰਹਿੰਦੇ ਹਾਂ, 8 ਪੈਰੀਂ 16 ਪੈਰੀਂ ਦੇਖਭਾਲ ਕਰਦੇ ਰਹਿੰਦੇ ਹਾਂ, ਫਿਰ ਪੇਟ ਦੇ ਕਿਰਮ ਹੁੰਦੇ ਨੇ, ਕਿਰਮਾਂ ਦੀ ਦੁਆ 3 ਮਹੀਨੇ ਦਿੰਦੇ ਹਾਂ, 3-4 ਦਿਨ ਲਾਜ਼ਮੀ ਮਸਾਲਾ ਦੇਣਾ ਪੈਂਦਾ, ਇਸ ਵਾਸਤੇ ਡੰਗਰ ਰੱਖਣਾ ਕੋਈ ਸੌਖੀ ਗੱਲ ਨਹੀਂ, ਅਸਾਂ ਤਾਂ ਸ਼ੌਕ ਨਾਲ ਰੱਖੇ ਨੇ, ਮਰਲੇ ਵੀ ਅੱਲਾ ਦਾ ਫਜ਼ਲ ਹੈ, 35 ਕਿੱਲੇ ਰੱਖਵਾ ਆਪਣਾ ਜ਼ਾਤੀ। ਅਤੇ ਫਿਰ ਹਾਈ ਸਾਹਿਬ ਅੱਜ ਕੱਲ੍ਹ ਦੇ ਦੌਰ 'ਚ ਜਿਹੜੇ ਦੋਸਤ ਡੇਅਰੀ ਫਾਰਮ ਬਣਾਉਣਾ ਚਾਹੁੰਦੇ ਨੇ, ਉਹਨਾਂ ਕੋਲ ਕਿਸ ਕਿਸਮ ਦੀ ਸਹੂਲਤ ਹੋਏ, ਉਹਨਾਂ ਦੇ ਕੋਲ ਕਿਹੜੇ ਵਸਾਇਲ ਹੋਣ ਅਤੇ ਉਹ ਵਾਲੇ ਕੰਮ ਵਿੱਚ ਕਾਮਯਾਬ ਹੋ ਸਕਦੇ? ਮੈਂ ਅਰਜ਼ ਕਰਨਾ ਕਿ ਵੇਖੋ ਇਹ ਵੀ ਗੱਲ ਇੱਕ ਨਵਾਂ ਚੱਲ ਪਿਆ, 2-4 ਸਾਲ ਹੋਏ ਨੇ ਜਿਹੜੀ ਆ ਫੀਲਡ ਬਣਾਈ ਨੇ ਮਵੇਸ਼ੀਆਂ ਵਾਸਤੇ, ਬਰੋਲ ਮੌਸਮ ਦੇ ਲਿਹਾਜ਼ ਨਾਲ ਵੀ ਨੁਕਸਾਨ ਦੇ, ਵੇਖੋ ਹੁਣ ਸਿਆਲ ਦੇ ਵਿੱਚ ਫੀਲਡ 3-4 ਮਤਲਬ ਕੰਪਨੀਆਂ ਚੱਲੀਆਂ, ਉਹਦੀ ਇੰਨੀ ਕੁ ਹੀਟ ਹੈ, ਇੰਨੀ ਕੁ ਹੀਟ ਹੈ ਅਤੇ 4 ਦਿਨ ਹੀ ਅਜੇ ਸੂਰਜ ਨਿਕਲਿਆ ਅਤੇ ਡੰਗਰ ਹਾਕਣੇ ਸ਼ੁਰੂ ਹੋ ਗਏ, ਦੇਖੋ ਵੰਡ ਜਿਹੜਾ ਉਹ ਬੜਾ ਮਹਿੰਗਾ, ਦੇਸੀ ਵੰਡਾ ਚਣੇ ਮਹਿੰਗੇ, ਚਣੇ ਮਹਿੰਗੇ, ਚੌਕਰ ਮਹਿੰਗਾ, ਮਕਈ ਮਹਿੰਗੀ, 1300-1400 ਰੁਪਏ ਮਣ ਮਕਈ ਹੈ। ਮੈਂ ਉਹ ਪਹਿਲੇ ਅਰਜ਼ ਕਰ ਚੁੱਕਿਆ ਕਿ ਬੜਾ ਔਖਾ ਜਿਹਾ ਕੰਮ ਹੋ ਗਿਆ ਹੈ, ਹਾਂ ਜ਼ਮੀਨ ਮਰਰੇ ਚਾਰ ਆਪਣੇ ਹੁਣ ਪੱਠਾ ਘਰ ਦਾ 12 ਮਹੀਨੇ ਮੇਰੇ ਤੋਂ ਫਿਰ ਬਰਦਾਸ਼ਤ ਹੋ ਜਾਂਦਾ। ਦੂਸਰੀ ਗੱਲ ਇਹ ਕਿ ਵਾਹਿਦ ਇੱਕ ਮੇਰਾ ਡੇਰਾ ਹੈ ਜਿਹਦੇ 'ਚ 120 ਰੁਪਏ ਕਿਲੋ ਦੁੱਧ ਵਿਕਦਾ, ਬਾਕੀ ਦੁੱਧ ਦਾ 60-70-65 ਰੁਪਏ ਪਾ ਰੇਟ, ਉਹਦੇ ਨਾਲ ਕੀ ਪੂਰੀ ਹੋਏਗੀ? ਬੰਦੇ 15 ਤੋਂ ਸਟਾਰਟਿੰਗ 20-22 ਤੱਕ ਮਤਲਬ ਤਨਖਾਹ ਦੇਣੀ ਪੈਂਦੀ ਹੈ, 3 ਟਾਈਮ ਉਹਨਾਂ ਨੂੰ ਰੋਟੀ ਦੇਣੀ ਪੈਂਦੀ ਹੈ, ਕੱਪੜਾ ਵੀ ਦੇਣਾ ਪੈਂਦਾ, ਜੁੱਤੀ ਵੀ ਦੇਣੀ ਪੈਂਦੀ ਹੈ, ਹਰ ਚੀਜ਼ ਉਹਨਾਂ ਦੀ ਮਤਲਬ ਕਾਜ ਪੂਰੀ ਕਰਨੀ ਪੈਂਦੀ ਐਜ਼ ਪੀਸ਼ਣ। ਬਾਕੀ ਇੱਕ ਡੰਗਰ ਜਦ ਤੱਕ ਡੰਗਰ ਨੂੰ ਦੁਆਲਾ ਨਾ ਮਿਲੇ, ਮੰਡਾ ਨਾ ਪਵੇ,
ਉਹਦੀ ਟ੍ਰੀਟਮੈਂਟ ਪੂਰੀ ਨਾ ਕਰੀਏ, ਜਿਸ ਤਰ੍ਹਾਂ ਬੀਫਾਸ ਕਰੀਦਾ ਜੀ, ਚੈੱਕ ਕਰਾਓ ਡਾਕਟਰ ਕੋਲ, ਇਹ ਛੋਟਾ ਨਹੀਂ ਜੀ, ਵੱਡੇ ਕੋਲ ਜਾਓ ਜੀ, ਐਮ ਬੀ ਬੀ ਹਸਪਤਾਲ ਕੋਲ ਜਾਓ, ਫਲਾਣੇ ਕੋਲ ਜਾਓ। ਹਾਂ, ਇੱਕ ਚੀਜ਼ ਦੀ ਕਮੀ ਹੈ ਸਾਡੇ ਮੁਲਕ 'ਚ, ਮਵੇਸ਼ੀਆਂ ਦੇ ਬਾਰੇ ਵਿੱਚ ਇੱਕ ਚੀਜ਼ ਦੀ ਕਮੀ ਹੈ, ਡਾਕਟਰ ਕੋਈ ਨਹੀਂ, ਡਾਕਟਰ ਕੋਈ ਨਹੀਂ ਆ। ਜਿਹੜੇ ਮੁਲਾਜ਼ਮ ਮਤਲਬ ਕਰਦੇ ਨੇ, ਐਸਪੀਟ ਕਰਦੇ ਨੇ, ਜਾ ਕੇ ਟੀਕੇ ਲਾ ਰਹੇ, ਫਾਸਤੀ ਚੀਜ਼ਾਂ, ਇਹਨਾਂ ਨੂੰ ਤਜਰਬਾ ਕੋਈ ਨਹੀਂ। ਸਾਡੇ ਸਿਆਲਕੋਟ 'ਚ ਦੋ ਡਾਕਟਰ, ਇੱਕ ਰਿਜ਼ਵਾਨ, ਉਹ ਦੂਸਰੇ ਦਾ ਨਾਂ ਭੁੱਲ ਗਿਆ, ਉਹ ਰਿਟਾਇਰ ਹੋ ਗਿਆ, ਅੱਜ ਕੱਲ੍ਹ ਉਹ ਚਿਮਿੰਡੇ, ਉਹਨੇ ਆਪਣਾ ਕਲੀਨਿਕ ਪ੍ਰਾਈਵੇਟ ਖੋਲ੍ਹਿਆ। ਬਾਕੀ ਇਹ ਕਿ ਮੱਝ ਸੂਣ ਵਾਲੀ ਦਾ ਵਾਧਾ ਘਾਟਾ ਹੋ ਜਾਂਦਾ, ਕੋਈ ਐਸਾ ਡਾਕਟਰ ਨਹੀਂ ਜਿਹੜਾ ਉਹਦਾ ਮਸਲਾ ਹੱਲ ਕਰੇ ਜਾਂ ਮੱਝ ਬਚੇਗੀ। ਜਿਹੜੀ ਮੱਝ ਸੂਣ 'ਤੇ ਆ ਕੇ ਗਲਤ ਹੋ ਗਈ, ਬਲਾ ਪੈ ਗਿਆ, ਉਲਟ ਪੁਲਟ ਜ਼ਿਆਦਾ ਹੋ ਗਈ, ਉਹ ਮੱਝ ਮਰ ਜਾਣੀ, ਫਾਇਦਾ ਕੀ ਹੋਇਆ, ਜਾਂ ਮਹਿਕਮੇ ਦਾ ਫਾਇਦਾ ਕੀ। ਅੱਛਾ, ਇਹ ਭਾਈ ਸਾਹਿਬ ਜਿਹੜੀ ਪਹਿਲੀ ਵੀਡੀਓ ਸੀ, ਆਵਾਮ ਨੇ ਤੁਹਾਨੂੰ ਕਾਫੀ ਜ਼ਿਆਦਾ ਕਾਲਸ ਕੀਤੀਆਂ ਹਨ, ਉਹਨਾਂ ਆਪਣੇ ਮਸਾਇਲ ਵੀ ਦੱਸੇ ਹਨ, ਉਹ ਜਿਹੜੇ ਉਹਨਾਂ ਮਸਾਇਲ ਤੁਹਾਨੂੰ ਉਹਨਾਂ ਦਾ ਹੱਲ ਕੀ ਹੈ? ਇੱਕ ਤਾਂ ਹੋ ਗਿਆ ਨਾ ਮੱਝ ਜਿਹੜੀ ਸੂੰਦੀ ਹੈ, ਉਹਦੇ ਸੂਨ ਦੇ ਮੁਤਲਕ ਦੱਸੋ ਕਿ ਕਿੰਝ ਆਸਾਨੀ ਪੈਦਾ ਹੋ ਸਕਦੀ ਹੈ, ਇਸ ਤੋਂ ਇਲਾਵਾ ਜਿਹੜੇ ਮੇਨ ਮਸਲੇ ਨੇ ਉਹਨਾਂ ਦਾ ਕੀ ਹੱਲ ਹੈ, ਉਹਨਾਂ ਦੇ ਕੀ ਕੋਈ ਦੇਸੀ ਇਲਾਜ ਨੇ? ਵੇਖੋ ਜੀ, ਇਹ ਆਪਣੇ ਆਪਣੇ ਇਲਾਕੇ ਦੀ ਆਬੋ ਹਵਾ ਦਾ ਹੀ ਸ਼ੁਮਾਰ ਹੈ, ਇਨਸਾਨਾਂ 'ਤੇ ਵੀ ਹਵਾਲਾਂ 'ਤੇ ਵੀ। ਚੀਜ਼ ਵੇਖ ਕੇ ਜਿਹੜੀ ਮੱਝ ਇਹਨਾਂ ਕੋਲ ਦੋ ਮਹੀਨੇ ਸੂਨ ਰਹਿੰਦੇ ਹੋਣ ਤੋਂ ਮੱਝ ਨੂੰ ਕੁਝ ਨਾ ਕੁਝ ਥੰਧਿਆਈ ਦੇਣੀ ਚਾਹੀਦੀ, ਉਹਨੂੰ ਮੱਖਣ ਮੌਸਮ ਦੇ ਲਿਹਾਜ਼ ਨਾਲ ਦੇ ਦਿਓ, ਜਾਂ ਉਹਨੂੰ ਤੇਲ ਦੇ ਦਿਓ, ਜਾਂ ਉਹਨੂੰ ਘਿਓ ਦੇ ਦਿਓ ਦੇਸੀ। ਇਸ ਤੋਂ ਇਲਾਵਾ ਜਦੋਂ ਮੱਝ ਸੂਨ 'ਤੇ ਆਉਂਦੇ ਨਾ, ਜਦੋਂ ਮੱਝ ਬੈਠ ਜਾਂਦੀ ਹੈ, ਸੂਨ ਲੱਗਦੀ ਹੈ, ਭਾਂਡਾ ਸੁੱਟਦੀ ਹੈ, ਪਾਣੀ ਜਾਂ ਸੁੱਟਦੀ ਹੈ, ਉਸ ਤੋਂ ਬਾਅਦ ਉਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਮੱਝ ਖੈਣ ਗਈ ਹੈ। ਜਦੋਂ ਬੱਚੀ ਬੱਚੇ ਦਾ ਕੋਈ ਨਿਸ਼ਾਨ ਬਾਹਰ ਆਉਣ ਦਾ ਹੁੰਦਾ, ਉਹਨੂੰ ਇੱਕ ਮੁੱਠ ਲੂਣ ਦੀ, ਇੱਕ ਖੰਡ ਦੀ ਦਿਛੜੋ, ਉਸ ਵਕਤ ਜਿਉਂ ਨਹੀਂ ਰੋਕੇਗੀ, ਵੱਡਾ ਨੁਕਸ ਹੈ, ਉਸ ਟਾਈਮ ਜਿਉਂ ਨਹੀਂ ਰੋਕੇਗੀ, ਸੂਈ ਨੂੰ ਨਹੀਂ ਦੇਣਾ ਖਰੈਂਡੇ, ਅਤੇ ਉਸ ਵਕਤ ਉਹਨਾਂ ਨੂੰ ਇੱਕ ਮੁੱਠ ਖੰਡ ਦੀ, ਇੱਕ ਮੁੱਠ ਲੂਣ ਦੀ ਫੌਰੀ ਤੌਰ 'ਤੇ ਦੇ ਦੇ, ਇਨਸ਼ਾਅੱਲਾ ਖੁਦਾ ਦੇ ਫਜ਼ਲੋ ਕਰਮ ਨਾਲ ਉਹ ਮੱਝ ਜਿਉਂ ਨਹੀਂ ਰੋਕੇਗੀ। ਜਦੋਂ ਮੱਝ ਸੂ ਪੈਂਦੀ ਹੈ, ਉਹਨੂੰ ਸੁੱਕਾ ਪੱਠਾ ਪਾਓ, ਜਾਲ ਨੂੰ ਆਪਣੇ ਨੂੰ ਬੱਚੇ ਨੂੰ ਪਿਆਰ ਪੂਰ ਕਰੇਗੀ, ਚੱਟੇ ਚੁੱਟੇਗੀ, ਜਾਲੇ ਛਾਲੇ ਲੈ ਦੇਗੀ, ਉਹਨੂੰ ਸੁੱਕਾ ਪਾਣੀ ਮਤਲਬ ਪਾ ਕੇ ਪੱਠਾ, ਠੀਕ ਅੱਧੇ ਘੰਟੇ ਬਾਅਦ ਉਹਨੂੰ ਨੀਮ ਗਰਮ, ਮੌਸਮ ਦੇ ਲਿਹਾਜ਼ ਨਾਲ, ਅਗਰ ਗਰਮੀਆਂ ਦਾ ਮੌਸਮ ਹੈ ਤਾਂ ਫਿਰ ਉਹਨੂੰ ਮਤਲਬ ਤਾਜ਼ਾ ਪਾਣੀ ਨਹੀਂ ਡਾਲਣਾ, ਥੋੜ੍ਹਾ ਜਿਹਾ ਸਿੱਕਣ, ਮਤਲਬ ਕੋਸਾ ਪਾਣੀ ਉਹਨੂੰ ਪਿਆ ਦਿਓ, ਪਿਆਓ ਇੰਨਾ ਕੁ, ਇੱਕੋ ਵਾਰੀ ਪਾਣੀ ਅੱਗੇ ਧਰਨਾ, ਜਿੰਨਾ ਰੱਜ ਕੇ ਪੀ ਲਏ, ਦੁਬਾਰਾ ਨਹੀਂ ਪੀਣ ਦੇਣਾ, ਇਨਸ਼ਾਅੱਲਾ 3-4 ਘੰਟੇ ਦੇ ਬਾਅਦ ਜੇ ਉਹ ਸੁੱਕ ਜਾਏਗੀ, ਸਮਝੀਏ। ਉਸ ਤੋਂ ਬਾਅਦ ਅਗਰ ਉਹਨੂੰ ਲੋਹ ਪਈ, ਵਾਲੇ ਨੂੰ ਥੜਾਂ ਨੂੰ ਲੋਹ ਪੈ ਜਾਂਦੀ ਹੈ, ਅਤੇ ਲੋਹ ਦਾ ਕੀ ਮਤਲਬ, ਸੋਜਿਸ਼, ਉਹ ਲੋਹ ਪੈ ਜਾਂਦੀ ਹੈ, ਉਹ ਲੋਹ 'ਤੇ ਪਰੇਸ਼ਾਨ ਹੋ ਜਾਂਦਾ ਜ਼ਿਮੀਂਦਾਰ ਬੰਦਾ, ਪਹਿਲਣ ਨੂੰ ਤਾਂ ਹੱਕ ਹੈ, ਜਿਹੜੀ ਮੱਝ ਪਹਿਲਣ ਪਹਿਲੇ ਸੂਏ ਸੂਏਗੀ, ਉਹ ਲੋਹ ਪਾਏ ਤਾਂ ਅੱਛੀ ਗੱਲ ਹੈ, ਉਹ ਅੱਛੀ ਗੱਲ ਹੈ, ਅਗਰ ਦੂਜੇ ਤੀਜੇ ਸੂਏ ਮੱਝ ਜਿਹੜੀ ਆ ਕੇ ਲੋਹ ਪਾਉਂਦੀ ਹੈ, ਉਹਨੂੰ ਫਿਰ ਨੁਕਸ ਹੁੰਦਾ, ਉਹਨੂੰ ਭੈੜੇ ਦਾ ਨੁਕਸ ਹੁੰਦਾ, ਭੈੜਾ ਨਹੀਂ ਕਈ ਕਿਸਮਾਂ ਦਾ ਜ਼ਹਿਰ ਹੁੰਦਾ, ਸਮਝੀ ਗੱਲ, ਕੋਈ ਜਦਰੀ ਹੁੰਦੀ, ਕੋਈ ਰੋਈ ਹੁੰਦੀ ਹੈ, ਕੋਈ ਜ਼ਹਿਰ ਹੁੰਦਾ, ਮਿੱਠਾ ਹੁੰਦਾ, ਕੋਈ ਕੌੜਾ ਹੁੰਦਾ, ਉਹਦੇ ਵਾਸਤੇ ਵੀ ਮਤਲਬ ਬਹੁਤਾ ਨਹੀਂ, ਜਦੋਂ ਥੋੜ੍ਹੇ ਜਿਹੇ ਦਿਹਾੜੇ ਲੰਘ ਲੈਣ, ਸੂਲੇ ਜੇ ਉਸ ਸੁੱਟ ਲਏ, ਆਟਾ ਛਟਾ ਸੁੱਟ ਲਏ, ਫਿਰ ਉਹਨੂੰ ਮਤਲਬ ਮਿਰਚ ਦੇ ਦਿਓ ਤੁਸੀਂ, ਦਾਦਣ ਦਾਦਣ ਮਿਰਚ ਨੂੰ ਦੂਜੇ ਤੀਜੇ ਦਿਨ, ਸਮਝੀ ਗੱਲ। ਅਗਰ ਉਹਨੂੰ ਫਾਲਟ ਪੈ ਜਾਂਦਾ ਲੋਹ 'ਚ ਖਾਣ ਨੂੰ, ਵਾਧਾ ਘਾਟਾ ਹੋ ਜਾਂਦਾ, ਫਿਰ ਉਹਨੂੰ ਹਲਦੀ ਅਤੇ ਮਿਰਚ ਲਾ ਕੇ ਦੇ ਦਿਓ, ਸੋਮੋ ਦਾ ਸਹੀ ਖੁੱਲ ਜਾਏਗਾ, ਮਜ਼ੀਦ ਜ਼ਿਆਦਾ ਹੋ ਜਾਏ ਫਿਰ ਉਹਨੂੰ ਮੇਰਾ ਮਤਲਬ ਗਾਈ ਦਾ ਦੁੱਧ ਲਾ ਕੇ, ਹਲਦੀ ਦੇ ਵਿੱਚ ਉਹਨੂੰ ਕੋਈ ਕਿਲੋ ਗਾਂ ਦਾ ਦੁੱਧ ਪਾ ਕੇ ਤੁਹਾਨੂੰ ਦੇ ਦਿਓ। ਮਾਰਾ ਕੋਸ਼ਿਸ਼ ਕਰਨੀ ਚਾਹੀਦੀ ਕਿ ਦੇਸੀ ਟੂਣਿਆਂ ਨਾਲ ਚੱਲੇ, ਉਂਝ ਤਾਂ ਹੁਣ ਅੰਗਰੇਜ਼ੀ ਡਾਕਟਰ ਨੂੰ ਕੀ ਟੀਕਾ ਠੋਕੀ ਜਾਂਦੇ, ਭਾਵੇਂ ਥਣ ਬਚੇ ਜਾਂ ਨਾ ਬਚੇ, ਚੰਦਰੀ ਪੈ ਲਏ ਅਬਰ ਤਾਂ ਉਹਦਾ ਫੜ ਲੈ, ਧਾਗਾ ਸ਼ਾਗਾ ਕਰ ਲਏ, ਨਹੀਂ ਤਾਂ ਟਰਾਈ ਐਕਸ਼ਨ ਜਿਹੜੇ ਨਾ ਉਹ ਟੀਕਾ ਲਿਆ ਕੇ, ਉਹ ਮਿਲਣਾ 17-18 ਦਾ ਟੀਕਾ ਮਿਲਣਾ, ਉਹ ਦੋ ਟੀਕੇ ਲਾ ਦਿਓ, ਤਾਂ ਫਿਰ ਹੋਜੇ 5 ਗ੍ਰਾਮ ਦਾ ਟੀਕਾ ਲਾ ਦਿਓ, ਮਾਮੂਲੀ ਸੋਜ ਹੋਏ, 5 ਗ੍ਰਾਮ ਦਾ ਟੀਕਾ ਲਿਆ, ਇੰਡੀਆ ਦਾ 5 ਗ੍ਰਾਮ ਦਾ, ਪਾਕਿਸਤਾਨ ਦਾ ਨਹੀਂ, ਇਹ ਵੀ ਤਜਰਬੇ ਚਾਹੀਦਾ। ਅੱਛਾ ਭਾਈ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਮੱਝ ਜਦੋਂ ਅਗਰ ਸੁਣਦੀ ਨਹੀਂ ਪਈ ਕੋਈ ਵੀ, ਮਿਸਾਲ ਦੇ ਤੌਰ 'ਤੇ ਥੋੜ੍ਹਾ ਕੋਈ ਮਸਲਾ ਬਣ ਗਿਆ, ਅਗਰ ਇਨਸਾਨ ਚਾਹੁੰਦਾ ਹੈ ਕਿ ਖੁਦ ਉਹਨੂੰ ਕੋਈ ਉਹਦੀ ਨਾ ਮਦਦ ਕਰ ਲਏ, ਠੀਕ ਨਾ ਕਿਸੇ ਤਰੀਕੇ ਨਾਲ, ਉਹ ਕੰਜ ਕੀਤੀ ਜਾ ਸਕਦੀ ਫਿਰ? ਇੱਕ ਚੀਜ਼ ਇਹ ਵੇਖ ਕੇ ਜਦੋਂ ਮੱਝ ਯੋਰ ਲਾਉਣਾ ਸ਼ੁਰੂ ਹੋ ਜਾਂਦੀ, ਜਾਂ ਉਹਦਾ ਫਲ ਅੰਦਰ ਗੁੰਮ ਗਿਆ, ਮਰ ਗਿਆ, ਉਹ ਰਹਿਮ ਦਾ ਮੂੰਹ ਨਹੀਂ ਖੁੱਲਦਾ, ਉਹਦੀ ਟੈਨਸ਼ਨ ਹੋ ਜਾਂਦੀ,
ਉਹ ਬੱਚਾ ਕਿਸ ਤਰ੍ਹਾਂ ਆਏਗਾ ਬਾਹਰ ਜਦੋਂ ਇੱਕ ਮਹਿਫੂਜ ਕਮਰੇ ਦੇ ਵਿੱਚ ਬੰਦ ਹੈ ਜਦ ਤੱਕ ਉਹਦਾ ਦਰਵਾਜ਼ਾ ਨਹੀਂ ਖੁੱਲੇਗਾ ਉਹ ਬੰਦਾ ਨਿਕਲੇਗਾ ਬਾਹਰ ਡਾਕਟਰਾਂ ਕੋਲ ਅਜੇ ਤੱਕ ਥਿਊਰੀ ਮੈਨੂੰ ਸਮਝ ਨਹੀਂ ਆਉਂਦੀ ਕਿਸ ਰੁੱਖ ਦੀ ਥਿਊਰੀ ਨਾਲ ਪੜ੍ਹੀ ਹੈ ਕਿਹੜੇ ਕੋਰਸ ਕੀਤੇ ਹਨ ਉਹ ਟੀਕਾ ਐਸਾ ਹੋਣਾ ਚਾਹੀਦਾ ਜੇ ਸਮਝ ਮਾਜ ਤੜਫਣ ਡਿਆ ਪਈ ਉਹ ਤੜਫਣਾ ਉਹਨੇ ਉਦੋਂ ਹੀ ਉਹਨੂੰ ਦਰਦ ਹੁੰਦੀ ਹੈ ਜਦੋਂ ਦਰਦਣਾ ਵੱਧਦਾ ਘਾਟਾ ਡੰਗਰ ਹੈ ਮਵੇਸ਼ੀ ਹੈ ਬੇਜ਼ਬਾਨ ਹੈ ਊਚ ਨੀਚ ਥਾਂ ਚੜ੍ਹਦਾ ਰਹਿੰਦਾ ਘਾਟਾ ਵੱਧਦਾ ਡੰਗਰ ਡੰਗਰ ਦੇ ਪਿੱਛੇ ਲੱਗ ਗਿਆ ਜਾਂ ਡਿੱਗ ਗਿਆ ਉਲਟ ਪੁਲਟ ਹੋ ਜਾਣਾ ਇਹ ਬੰਦੇ ਦੇ ਵੱਸ ਦੀ ਗੱਲ ਸੀ ਉਹਦਾ ਫਿਰ ਬੱਚਾ ਮਲ ਖਾ ਜਾਂਦਾ ਜਾਂ ਜੀ ਉਹਨੂੰ ਫਿਰ ਦੇਸੀ ਟੂਣੇ ਸਾਡੇ ਇਹੀ ਨੇ ਕਿ ਉਹਦਾ ਮਹੀਂ ਦਾ ਪਾਸਾ ਪਰਤਾਓ ਜਾਂ ਕੱਪੜਾ ਪਾ ਕੇ ਥੱਲੇ ਚੁੱਕੋ ਮਰ ਉਹ ਬਾਤ ਇਹ ਕਿ ਰਹਿਮ ਦਾ ਮੂੰਹ ਨਹੀਂ ਬੱਚੇ ਦਾ ਜੇ ਮੂੰਹ ਨਹੀਂ ਖੁੱਲ੍ਹਾ ਬੱਚਾ ਕਿਸ ਤਰ੍ਹਾਂ ਆਏਗਾ ਸਾਡਾ ਜ਼ਾਤੀ ਨੁਕਸਾਨ ਹੋ ਗਿਆ ਇਹਨਾਂ ਡਾਕਟਰ ਕਿਸੇ ਨੂੰ ਪਤਾ ਨਹੀਂ ਲੱਗਾ ਤੁਸੀਂ ਇਸ ਵੀਡੀਓ ਤੋਂ ਪਹਿਲੇ ਇੱਕ ਹੋਰ ਜ਼ਿਕਰ ਕਰਦੇ ਹੋ ਵੀ ਜਦੋਂ ਮੈਂ ਬੱਚਾ ਦਿੰਦੀ ਹੁੰਦੀ ਹੈ ਤਾਂ ਉਹ ਬੱਚੇ ਦੀ ਪੋਜੀਸ਼ਨ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ ਉਹ ਤੁਸੀਂ ਥੋੜ੍ਹਾ ਵੀ ਦੱਸ ਦਿਓ ਬੱਚਾ ਦੇ ਵਿੱਚ ਬਿਲਕੁਲ ਜੇ ਤਾਂ ਸਿਹਤ ਵੱਧਦੇ ਠੀਕ ਹੈ ਉਹ ਮੈਂ ਤਾਂ ਮਹਿਸੂਸ ਹੋ ਜਾਂਦਾ ਜਦੋਂ ਮਤਲਬ ਬੱਚਾ ਸੁੱਟਦੀ ਹੈ ਜਾਂ ਤਾਂ ਉਹ ਰੱਤ ਸੁੱਟੇ ਜਿਉਰ ਨਾ ਸੁੱਟੇ ਅੜਜੇ ਦੀ ਜਿਉਰ ਦਾ ਵੀ ਇਹੀ ਮਾਮਲਾ ਸੁੱਕੇ ਪੱਠੇ ਖਾਂਦੇ ਹੋਣਗੇ ਅਤੇ ਫੌਰੀ ਤੌਰ 'ਤੇ ਉਹਨੂੰ ਮਤਲਬ ਜਿਹੜਾ ਇਹ ਚੋਣ ਵਾਲਾ ਟੀਕਾ ਇਹ ਕੋਈ 2 CC ਲਾ ਦਿਓ ਅੱਬਲ ਤਾਂ ਬੀਜ ਦੇ ਕੋਈ ਜਿਉਰ ਰੋਕਦਾ ਕੋਈ ਨਹੀਂ ਚੱਕਰ ਸਾਡੇ ਕੋਲ ਤਾਂ ਇਹ ਨਹੀਂ ਰੋਕਿਆ ਅੱਲਾ ਦਾ ਫਾਇਦਾ ਨਹੀਂ ਅੱਛਾ ਹਾਈ ਸਾਹਿਬ ਗੱਲ ਹੋ ਰਹੀ ਸੀ ਕਿ ਇਹਨਾਂ ਦੀ ਪ੍ਰੋਪਰ ਨਸ਼ਨੁਮਾ ਦੀ ਇੱਕ ਜਿਹੜਾ ਜਾਨਵਰ ਹੈ ਇੱਕ ਮੱਝ ਦੀ ਅਸੀਂ ਸਾਰਿਆਂ ਦੀ ਗੱਲ ਨਹੀਂ ਇੱਕ ਮੱਝ ਦੀ ਅਸੀਂ ਗੱਲ ਕਰਨੀ ਹੈ ਕਿ ਇੱਕ ਜਿਹੜੀ ਮੱਝ ਹੈ ਉਹਦੀ ਪ੍ਰੋਪਰ ਨਸ਼ਨੁਮਾ ਵਾਸਤੇ ਪੱਠੇ ਕਿੰਨੇ ਹੋਣੇ ਚਾਹੀਦੇ ਨੇ ਅਤੇ ਵੰਡਾ ਕਿੰਨਾ ਹੋਣਾ ਚਾਹੀਦਾ ਕਮ ਸੇ ਕਮ ਵੰਡਾ ਤਾਂ ਉਹਨੂੰ ਮਤਲਬ 4-5 ਕਿਲੋ ਤਾਂ ਥੋੜ੍ਹਾ ਹੈ ਜੇ ਦੁੱਧ ਲੈਣਾ ਕਿੰਨੇ ਕੁ ਦੁੱਧ ਵਾਲੀ ਮੱਝ ਨੂੰ ਦੁੱਧ ਮਤਲਬ 18-20 ਨਾ ਕਰੇ ਤਾਂ ਮੱਝ ਦਾ ਫਾਇਦਾ ਕੀ ਅੱਛਾ ਇਹ ਤੁਹਾਡੇ ਸਾਹਮਣੇ 2 ਕਿਲੋ ਸੀ ਮੈਂ ਕਹਿ ਦਾ ਉਹਦਾ ਕੈਮਰਾ ਮਾਰੋ ਸਹੀ ਤੁਹਾਨੂੰ ਪਤਾ ਲੱਗ ਜਾਏ ਪਿੱਛੇ ਹੋ ਮਾਰੋ ਦੇਖੋ ਇੱਕ ਮੈਂ ਗੱਲ ਕਰਨਾ ਦੱਸੀਆਂ ਨਾ ਤੁਹਾਨੂੰ ਇਹ ਸਜਰਾ ਸੂਈਆਂ ਬਈਆਂ ਗੱਲ ਹੈ ਫਲਾਂ ਸਾਰੀਆਂ ਇੱਕ ਤੋਂ ਇੱਕ ਵੱਧ ਇਸੇ ਤਰ੍ਹਾਂ ਪਰ ਟਾਈਮ ਟਾਈਮ ਦੀ ਗੱਲ ਹੈ ਕੋਈ 2 ਮਹੀਨੇ ਦੀ ਸੂਈ ਕੋਈ 6 ਮਹੀਨੇ ਦੀ ਸੂਈ ਕੋਈ 2-3 ਮਹੀਨੇ ਦੀ ਸੂਈ ਕੋਈ 8 ਮਹੀਨੇ ਦੀ ਸੂਈ ਜਿਹੜੀ ਜਾਨਵਰ ਨੇ ਇਹਨਾਂ ਦੀ ਜਿਹੜੀ ਮਤਵਾਜ਼ਨ ਗਜ਼ਾ ਹੈ ਯਾਨੀ ਕਿ ਇਹ ਵਾਲੀ ਚੀਜ਼ ਇਹਨਾਂ ਨੂੰ ਪਾਈ ਜਾਏ ਮਤਵਾਜ਼ਨ ਇਹ ਵੇਖ ਕੇ 2 ਮਨ ਤੋਂ ਘੱਟ ਇੱਕ ਮੱਝ ਨੂੰ ਪੱਠਾ ਨਹੀਂ ਚਾਹੀਦਾ ਖੁਰਾਕ ਉਹਦੀ 2 ਮਨ 24 ਘੰਟੇ ਵੰਡਾ ਉਹਨੂੰ ਕਮ ਨਾ ਕਮ 4 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ ਫਿਰ ਅਗਰ ਉਹ ਮਿਲਦਾ ਤੇ ਸਰ ਵੰਡਾ ਕਿਹੜਾ ਇਸਤੇਮਾਲ ਕਰਦੇ ਹੋ ਤੁਸੀਂ ਦੇਸੀ ਵੰਡਾ ਦੱਸੋ ਜਿਹੜਾ ਆਵਾਮ ਦਾ ਫਾਇਦਾ ਹੋਏ ਮਕਈ ਚੜੇ ਤੇ ਕਣਕ ਤੇ ਚੂਰਾ ਖਲ ਤੇ ਮਨੋਲੇ ਦੀ ਖਲ ਲਾ ਕੇ ਉਤਰਾ ਸਭ ਕਰ ਲਈਦੇ ਜਿਹੜਾ ਪਾਉਣ ਵਾਲੇ ਅਸਲ ਹਕੀਕਤ 'ਚ ਵੰਡਾ ਸਾਫ਼ ਸੁਥਰਾ ਹੈ ਉਂਝ ਜੇ ਕਿ ਹੁਣ ਜਿਹੜਾ ਚਾਹ ਰਿਹਾ ਹੁਣ ਅਸੀਂ ਇਹ ਵੰਡਾ ਛੜਛੜਿਆ ਹੁਣ ਅਸੀਂ ਫੀਲਡ 1200-1400 ਤੋਂ ਚੱਲੀ ਸੀ 800 ਤੋਂ ਚੱਲਦੀ 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 ਮੁਖਤਲਿਫ ਕੰਪਨੀਆਂ ਨੇ ਮਤਲਬ ਹੁਣ 16-17 ਤੱਕ ਚਲੀ ਗਈ ਅੱਗੇ ਤੁਸੀਂ ਦੱਸ ਦਿਓ ਵੀ ਇੱਕ ਬੰਦਾ ਸੀ ਉਹ ਡਾਕਟਰ ਉਹਨੇ ਫੀਲਡ ਬੁਲਾਈ ਕਿਹੜਾ ਨਾਂ ਲਿਆ ਜੀ ਡਾਕਟਰ ਸ਼ੌਕਰ ਸਾਹਿਬ ਸ਼ੌਕਰ ਸਾਹਿਬ ਕਿੱਥੋਂ ਦੇ ਨੋ ਇਹ ਸਰ ਰਾਜਵੀ ਜਿਹੜਾ ਨਾ ਉੱਥੇ ਉਹਨਾਂ ਦਾ ਡੇਰੀ ਹੈ ਅੱਛਾ ਵੰਡੇ ਦਾ ਵੀ ਜ਼ਿਕਰ ਹੋ ਗਿਆ ਹੁਣ ਆਈ ਸਾਹਿਬ ਇੱਕ ਜਿਹੜਾ ਨਾ ਬੜਾ ਅਹਿਮ ਸਵਾਲ ਹੈ ਇਹ ਥੋੜ੍ਹਾ ਤਫਸੀਲ ਵਿੱਚ ਦੱਸਣਾ ਕੁਛ ਲੋਕ ਹੁੰਦੇ ਨੇ ਉਹਨਾਂ ਦਾ ਚਾਰਾ ਮੁੱਲ ਦਾ ਹੁੰਦਾ ਹਰ ਇੱਕ ਚੀਜ਼ ਬਾਜ਼ਾਰੋਂ ਲੈ ਕੇ ਜਾਨਵਰ ਪਾਲਦੇ ਨੇ ਕੁਛ ਲੋਕ ਐਸੇ ਨੇ ਜਿਨ੍ਹਾਂ ਦੀ ਜ਼ਮੀਨ ਆਪਣੀ ਹੈ ਇਹ ਦੱਸੋ ਜਦੋਂ ਬੰਦਾ ਚਾਰਾ ਵੰਡਾ ਵਗੈਰਾ ਸਭ ਕੁਛ ਬਾਜ਼ਾਰੋਂ ਲੈਂਦਾ ਉਹਦਾ ਕਿੰਨਾ ਇੱਕ ਮੈਂ 'ਤੇ ਖਰਚਾ ਹੁੰਦਾ ਅਤੇ ਜਿਹਦੀ ਜ਼ਮੀਨ ਆਪਣੀ ਹੈ ਉਹਦਾ ਇੱਕ ਮੈਂ ਉੱਤੇ ਕਿੰਨਾ ਖਰਚਾ ਹੁੰਦਾ ਇਹ ਤਾਂ ਮਸਲਾ ਅੱਜ ਤੱਕ ਨਹੀਂ ਸੋਚਿਆ ਕਦੇ ਹਕੀਕਤ ਕੋਈ ਮੋਟਾ ਜਿਹਾ ਅੰਦਾਜ਼ਾ ਆਈਡੀਆ ਗਲਤ ਗੱਲ ਨਹੀਂ ਕਰਨੀ ਕਿਉਂਕਿ ਸਾਡਾ ਰਕਬਾ ਜ਼ਾਤੀ ਪੱਠੇ ਜ਼ਾਤੀ ਅੱਛਾ ਵਿੱਚ ਮੁੱਲ ਵੀ ਲਿਆਉਂਦੇ ਆ ਬਾਕੀ ਇਹ ਤੁਹਾਨੂੰ ਦੱਸਿਆ ਕਿ ਪੂਰਾ ਪੂਰੀ ਆਉਂਦੇ ਆ ਅਸੀਂ ਅੱਛਾ ਤੁਹਾਡਾ ਹੀ ਸਭ ਕੀ ਨਾ ਖਰਚਾ ਇੱਕ ਮੈਂ ਉੱਤੇ ਸਾਡਾ ਵੰਡੇ ਦਾ ਖਰਚਾ ਕੀ ਦੱਸੀ ਹੁਣ ਮਿਸਾਲ ਦੇ ਤੌਰ 'ਤੇ ਅਸੂਲੀ ਤੌਰ 'ਤੇ ਰੂਟੀਨ ਮੁਸਲਸਲ 16 ਕਿਲੋ ਦੁੱਧ ਲਾਓ ਚੜ੍ਹਤ ਲਸਣੀ ਛੱਡੋ ਤਾਜ਼ੀ ਤਾਂ ਗਈ ਟੰਗ ਛੱਡਿਆ 16 ਕਿਲੋ ਦੁੱਧ ਦਾ ਹਿਸਾਬ ਲਾ ਲਓ ਕਿੰਨਾ 1900 ਦਾ ਹੋ ਗਿਆ ਹਾਂਜੀ 1900 ਦਾ 120 ਰੁਪਏ ਕਿਲੋ ਦੇ ਹਿਸਾਬ ਨਾਲ 120 ਰੁਪਏ 1900 ਦਾ ਵੱਡਾ ਹੋ ਗਿਆ ਅਤੇ ਅਸਾਂ ਕਮ ਜਾਂ ਕਮ 1200 ਪਾ ਛੱਡਣਾ ਬਈ ਮੈਂ ਪੱਠੇ ਇਹ ਜਿਹੜਾ ਤੁਸੀਂ 1200 ਮੈਂ ਨੂੰ ਖਿਲਾਹੜਦੇ ਹੋ ਇਹਦੇ ਵਿੱਚ ਸਾਰੇ ਹਰਾ ਜਤ ਸ਼ਾਮਲ ਨੇ ਸਾਰੇ ਵਿੱਚ ਸ਼ਾਮਲ ਨੇ ਅਤੇ ਪਾਏ ਮਤਲਬ ਜਿਹੜਾ 500 ਮੁਲਾਜ਼ਮ ਦਾ ਪਾ ਲਓ ਜਿਹੜਾ ਬੰਦਾ ਉੱਤੇ ਰੱਖਿਆ 1700-200 ਰੁਪਏ ਬਚ ਗਏ ਅੱਛਾ ਹਾਈ ਸਾਹਿਬ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਟੋਟਲ ਜਾਨਵਰ ਕਿੰਨੇ ਨੇ ਸਾਡੇ ਕੋਲ ਟੋਟਲ ਇਸ ਵਕਤ ਜਿਹੜੇ ਇੱਥੇ ਬੱਜੇ ਨੇ ਉਹ ਤਾਂ
32 ਮੱਝਾਂ 3 ਗਾਈਆਂ ਤੇ ਮਾਸ਼ਾਅੱਲਾ ਕੀ ਰੂਟੀਨ ਰੋਜ਼ਾਨਾ ਦਾ ਕਿੰਨਾ ਦੁੱਧ ਜਾ ਰਿਹਾ ਜੀ ਦੁੱਧ ਇਹਦਾ 5 ਮਨ 5.5 ਮਨ ਜਾਂਦਾ ਹੈ ਦੋਨੋਂ ਟਾਈਮਾਂ ਦਾ ਜ਼ਬਰਦਸਤ ਜਾਂਦਾ ਜ਼ਬਰਦਸਤ ਅੱਛਾ ਹਾਈ ਸਾਹਿਬ ਇੱਕ ਦੋ ਸਵਾਲ ਪੁੱਛਾਂਗੇ ਮਾਸ਼ਾਅੱਲਾ ਜੇ ਤੁਸੀਂ ਸ਼ੈੱਡ ਬਣਾਇਆ ਵੇ ਕਿੰਨੀ ਜਗ੍ਹਾ 'ਚ ਬਣਾਇਆ ਜਾ ਵਾਲਾ ਇਹ ਸ਼ੈੱਡ ਕੋਈ 4 ਕਨਾਲ 'ਚ 4 ਕਨਾਲ 'ਚ ਅਗਰ ਸ਼ੈੱਡ ਬੰਦਾ ਬਣਾ ਲਏ ਤਾਂ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਜਾਨਵਰ ਬੰਦਾ ਰੱਖ ਸਕਦਾ ਦੇਖੋ ਤੁਹਾਡੇ ਸਾਹਮਣੇ ਨਹੀਂ ਤੁਸੀਂ ਹੁਣ ਖੁਦ ਅੰਦਾਜ਼ਾ ਕਰ ਲਓ ਹੋਰ ਕਿੰਨਾ ਇਜ਼ਾਫਾ ਹੋ ਸਕਦਾ ਨਹੀਂ ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦਾ ਬੰਦਾ 35 ਤਾਂ ਜਾਨਵਰ ਤੱਕ ਨਹੀਂ 40 ਤੱਕ ਚੱਲ ਜਾਂਦਾ ਖੁਸ਼ ਹਾਲ ਰਹਿਣਾ ਉਹੀ ਤਾਂ ਭਾਵੇਂ ਇੱਥੇ 100 ਬਣ ਚਲੋ ਅੱਛਾ ਇਹ ਸਭ ਸਾਡੇ ਕੁਝ ਦੋਸਤ ਇੱਕ ਸਵਾਲ ਹਰ ਵੀਡੀਓ ਪੁੱਛਦੇ ਨੇ ਸਾਨੂੰ ਕਿ ਇਹ ਸਵਾਲ ਪੁੱਛੋ ਕਿ ਲੇਬਰ ਦਾ ਮਸਲਾ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ਼ੂ ਹੈ ਕਿੰਝ ਹੱਲ ਕੀਤਾ ਜਾ ਸਕਦਾ ਫਿਰ ਇਹਦਾ ਹੱਲ ਨਹੀਂ ਹੋ ਸਕਦਾ ਬਹੁਤ ਟੈਨਸ਼ਨ ਤੁਹਾਡੇ ਸਾਹਮਣੇ ਕੋਈ ਪਰਦਾ ਨਹੀਂ ਉਹਨੇ ਉਗਾਇਆ ਨਹੀਂ ਕੱਢਿਆ ਇੰਨਾ ਕੁ ਮਿਲਿਆ ਬਗੈਰ ਨਸ਼ੇ ਤੋਂ ਮੁਲਾਜ਼ਮ ਇਹ ਕੰਮ ਨਹੀਂ ਕਰ ਸਕਦਾ ਇੱਡਾ ਸਖਤ ਮਜ਼ਦੂਰੀ ਹੈ ਲੋਕਾਂ ਦੀ ਕੋਈ ਹੋਰ ਤਰੀਕਾ ਸਾਡੇ ਆ ਅਸੀਂ ਇਹਨਾਂ ਨੂੰ 3 ਵਜੇ ਉਠਾਉਂਦੇ ਹਾਂ ਅਗਰ 3 ਉੱਠਣ 'ਤੇ ਪਹੁੰਚ ਨਹੀਂ ਸਕਦੇ 2.5-3 ਮਨ ਦੁੱਧ ਡੰਗ ਦੀ ਚੁਆਈ ਕਰਨੀ ਹੈ ਇਹ ਤਾਂ 10 ਵਜੇ ਪੱਠੇ ਕਿਹੜੇ ਲਿਆਉਂਦੇ ਜਾ ਕੀ ਖਿਆਲ ਜੀ ਅੱਛਾ ਆਈ ਸਾਹਿਬ ਜਿਹੜੀ ਮੈਂ ਦੁੱਧ ਕੰਮ ਦਿੰਦੀ ਹੈ ਉਹਨੂੰ ਕੀ ਖਿਲਾਈਏ ਉਹਦਾ ਕੀ ਇਲਾਜ ਕਰੀਏ ਕਿ ਦੁੱਧ ਦੀ ਪੈਦਾਵਾਰ 'ਚ ਇਜ਼ਾਫਾ ਹੋਏ ਉਹ ਤਾਂ ਉਹਦੀ ਮਤਲਬ ਮੱਝ ਦੀ ਪੁਜ਼ੀਸ਼ਨ ਵੇਖ ਕੇ ਦੱਸਣਾ ਪੈਂਦਾ ਕਿ ਆਇਆ ਉਹਨੇ ਜਦੋਂ ਸੂਈ ਉਹਨੇ ਰੱਤ ਸੁੱਟੀ ਇੱਕ ਲਈ ਅਗਰ ਉਹਨੇ ਰੱਤ ਨਹੀਂ ਸੁੱਟੀ ਤਾਂ ਫਿਰ ਜੋ ਮਰਜ਼ੀ ਕਰੋ ਉਹਨੇ ਦੁੱਧ ਨਹੀਂ ਦੇਣਾ ਅੱਛਾ ਫੂਸ਼ਲ ਵੇਖ ਕੇ ਕਿੰਝ ਪਤਾ ਚੱਲਦਾ ਕਿ ਉਹਨੇ ਰਾਤ ਫੂਸ਼ਲ ਲਈ ਪੁਜ਼ੀਸ਼ਨ ਉਹਦੀ ਵੇਖਣੀ ਪੈਂਦੀ ਹੈ ਕਿ ਮੱਝ ਸੂਈ ਹੈ ਨਾ 15-16 ਦਿਨਾਂ ਨੂੰ ਖੂਨ ਸੁੱਟਦੀ ਹੈ ਅਗਰ ਉਹਨੇ ਖੂਨ ਨਹੀਂ ਸੁੱਟਿਆ ਤਾਂ ਉਹਨੇ ਦੁੱਧ ਹੀ ਦੇਣਾ 7-8 ਕਿਲੋ ਮੰਡਾ ਵੀ ਤੁਮੀ ਜਾਣ ਕੇ ਜੋ ਮਰਜ਼ੀ ਕਰੀ ਜਾ ਰਾਤ ਸੁੱਟੀ ਹੋਏ 1 ਮਹੀਨੇ ਤੋਂ ਬਾਅਦ ਮੈਂ ਜਿੱਥੇ ਟੋੜਨਾ ਟੋੜੀ ਜਾਓ ਜਿੰਨਾ ਵੱਡਾ ਇਜ਼ਾਫਾ ਕਰੋਗੇ ਪੱਠੇ ਦਾ ਕਰੋਗੇ ਸਾਫ਼ ਸੁਥਰਾ ਉਹਨਾਂ ਟੁੱਟ ਜਾਈ ਨਸਲ ਵੀ ਹੋਏ ਜੀ ਇਹ ਜਿਹੜੀ ਸਭ ਤੋਂ ਅੱਛੀ ਨਸਲ ਹੈ ਉਹ ਕਿਹੜੀ ਨਸਲ ਹੈ ਇਸ ਵਕਤ ਜਿਹੜੀ ਕੋਈ ਸਮਝ ਤੋਂ ਬਾਹਰ ਹੈ ਬਾਕੀ ਇਹ ਕਿ ਬੂਰਾ ਦੀ ਬਾਜ ਅੱਛੀ ਨੂਰ ਸ਼ਾਹ ਦੀ ਮਈ ਇਸ ਵੇਲੇ ਨਹੀਂ ਤਰਦੀ ਪਈ ਕਦੇ ਉਹਦੀ ਚੀਚਾ ਵਤ ਨੁੱਡਣ ਦੀ ਮਈ ਰਾਵੀ ਦੀ ਦਰਿਆ ਦੀ ਕੱਛ ਹੁੰਦਾ ਸੀ ਨੁੱਡਣ ਵਾਲੇ ਪਾਸੇ ਸਮਝ ਗਾ ਜੀ ਹੁਣ ਜਿਹੜਾ ਕੋਈ ਸਮਝ ਨਹੀਂ ਆਉਂਦੀ ਕੋਈ ਪਿਓ ਤਾਂ ਨਹੀਂ ਜਾਂਦਾ ਕੋਈ ਮਤਲਬ ਬੱਚਿਆਂ ਦੇ ਅੱਗੇ ਘਾਟਾ ਵੱਧਦਾ ਪਿਓ ਵੱਧ ਪੁੱਤਰ ਵਾਸਤੇ ਤਾਂ ਨਹੀਂ ਹੋ ਗਿਆ ਸੱਡਾ ਅੱਛਾ ਜਿਹਾ ਮਿਲ ਗਿਆ ਇੰਡਸਟਰੀ ਅਤੇ ਉਹ ਫਿਰ ਕਰਾਸ ਹੋ ਜਾਂਦਾ ਆਈ ਸਾਹਿਬ ਜਿਹੜੀ ਤੁਹਾਡੀ ਨਜ਼ਰ ਵਿੱਚ ਸਭ ਤੋਂ ਚੰਗੀ ਮੈਂ ਐਵੇਂ ਜਿਹੜੀ ਦੁੱਧ ਜ਼ਿਆਦਾ ਦਿੰਦੀ ਹੈ ਉਹਦੀ ਕੋਈ ਹੂਬੀ ਉਹਦੀ ਕੋਈ ਪਹਿਚਾਣ ਇਹ ਵੇਖ ਲਓ ਤੁਹਾਡੇ ਸਾਹਮਣੇ ਦੱਸਿਆ ਵੀ 2 ਮੱਝਾਂ ਲਿਆਈਆਂ 3.5-4 ਲੱਖ ਦੀਆਂ ਅੱਛਾ ਮੱਝਾਂ ਵੇਖੀਏ ਅਤੇ ਤੁਹਾਨੂੰ ਅਤੇ ਹੁਣ ਜੂ ਦੀ ਕੀ ਦੱਸੀਏ ਵੀ ਕੋਈ ਮੰਡੀਓ ਲਈ ਵੈਸੇ ਮੱਝ ਨੀਲੀ ਜੈਨੂਇਨ ਨਸਲ ਹੋਏ ਅੱਛਾ ਜਿਹੜੀ ਜੈਨੂਇਨ ਨਸਲ ਹੈ ਉਹਦੀ ਕੀ ਹੂਬੀ ਹੈ ਕੀ ਪਹਿਚਾਣ ਹੈ ਕਿੰਝ ਪਤਾ ਚੱਲੇਗਾ ਕਿ ਆ ਜਿਹੜੀ ਮੈਂ ਜੈਨੂਇਨ ਨੀਲੀ ਦੀ ਬੂਥੀ ਪਤਲੀ ਹੋਏਗੀ ਹਰਨੇ ਨੂੰ ਹਰਨੇ ਹੁੰਦੇ ਨੇ ਕਿਹੜੀ ਜਗ੍ਹਾ ਲਾ ਉਹਦੀ ਧੌਣੀ ਪਤਲੀ ਹੋਏਗੀ ਆਸਤਾ 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 ਚੱਲਦੀ 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 ਪਿਛਲਾ ਖੁੱਡਾ ਜਿਹੜਾ ਜਾ ਕੇ ਮਹੱਲੇ ਤੱਕ ਉੱਥੇ ਉਹ ਕੋਈ 4 ਫੁੱਟ ਦਾ ਫਰਕ ਪਾ ਜਾਏ ਇਹਦੀ ਪਿੱਛੇ ਚੋਰੀ ਹੈ ਸੈਂਟਰ ਵਾਲੀ ਹੱਡੀ ਉਹਦੀ ਇੱਕੋ ਹੀ ਮੁੱਠੀ ਥਾਣ ਹੋਣਗੇ ਵਾਨਾ ਉਹਦਾ ਬਿਲਕੁਲ ਬਰੋਬਰ ਦਾ ਹੋਏ ਕੱਦ ਉਹਦਾ ਕਮ ਨਾ ਕਮ 6 ਫੁੱਟ ਹੋਏ 5-6 ਫੁੱਟ ਉਹ ਨਸਲ ਪਛਾਣ ਜਾਂਦੀ ਰਹੀ ਹੈ ਗਲਤ ਬਗਲ ਕਰੀਏ ਹੁਣ ਪਤਾ ਨਹੀਂ ਅੱਲਾ ਬਿਹਤਰ ਜਾਣ ਲਿਆ ਮੈਂ ਤੁਹਾਨੂੰ ਦੱਸਿਆ ਮੱਝ ਸਾਡੇ ਕੋਲ ਵੀਹ ਤੋਂ ਟੱਪਣੀ ਇੱਕ ਇਸ ਤੋਂ ਪਹਿਲਾਂ ਵੀ ਗੁਆਲ ਬੰਦੀ 20 ਤੋਂ ਟੱਪੀ ਗਈ ਇਹ 20 ਤੋਂ ਟੱਪਦੀ ਮਾਸ਼ਾਅੱਲਾ ਇਹ ਦੂਜੀ ਲਿਆਂਦੀ ਵੇਖ ਕੇ ਉਸੇ ਤਰ੍ਹਾਂ ਹੀ ਇਹ ਬੂਰਾ ਵਿਹੜੀ ਨਹੀਂ ਮੱਝ ਬੂਰਾ ਵਿਹੜੀ ਇਹ ਤੁਹਾਨੂੰ ਮੈਂ ਦੱਸਿਆ ਨਸਲਾਂ 'ਤੇ ਮੱਝ ਕਿਉਂਕਿ ਉੱਧਰ ਦੇ ਲੋਕਾਂ ਨੇ ਆਪਣੀਆਂ ਡੇਰੇ ਬਣਾਏ ਉਹ ਸੰਡਾ ਨਹੀਂ ਦਿੰਦੇ ਕਿਸੇ ਨੂੰ ਬਾਸ ਜਿਹੜਾ ਸੰਡਾ ਲੈ ਕੇ ਨੂੰ ਆ ਵੇਖਣਾ ਉਹਦੀ ਬਣਤਰ ਹੋਣਾ ਝੋਟੀ ਹੁਣ ਖੰਗੜ ਹੋ ਗਈ ਇਹ ਝੋਟੀ ਵੀ ਲੀ ਗਈ ਇਹ ਚੀਜ਼ਾਂ ਮਾਸ਼ਾਅੱਲਾ ਜੀ ਸਾਹਿਬ ਤੁਸੀਂ ਕਾਫ਼ੀ ਕੀਮਤੀ ਗੱਲਾਂ ਦੱਸੀਆਂ ਨੇ ਕੋਈ ਐਸੀ ਅਹਿਮ ਗੱਲ ਜਿਹੜੀ ਅਸਾਂ ਨਹੀਂ ਪੁੱਛੀ ਜਾਂ ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਹਨ ਹੈ ਮੱਝਾਂ ਦਾ ਕਾਰੋਬਾਰ ਸ਼ੁਰੂ ਕਰਨਾ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਬਸ ਇਸ ਮਹਿੰਗਾਈ ਦੇ ਦੌਰ 'ਤੇ ਦਿਵਾਨ ਬਿਹਤਰ ਨਾ ਹੀ ਪਾ ਮੱਝ ਮਹਿੰਗੀ ਪੱਠਾ ਮਹਿੰਗਾ ਕਾਲ ਪੈ ਗਿਆ ਕੀ ਕਰੇਗਾ ਦੁੱਧ ਦਾ ਰੇਟ ਜਿਹੜਾ ਚੱਲਦਾ ਹੁਣ ਮੈਂ ਤਾਂ ਆਪਣੀ ਜਾਤੀ ਦੱਸਿਆ ਨਾ ਤੁਹਾਨੂੰ ਦੁੱਧ ਹੈ ਜੀ 65-70 ਕੀ ਕਰੇਗਾ ਉਹ 70 ਰੁਪਏ ਲੈ ਕੇ
ਗੌਰ ਕਰੋ ਨਾ ਤੁਸੀਂ ਅਕਸਰ ਇਲਾਕੇ 'ਚ ਇੱਥੇ ਰਹਿੰਦੇ ਹੋ, 70 ਰੁਪਏ ਦੇ ਕੇ ਤਾਂ ਕੀ ਕਰੇਗਾ, ਬੜਾ ਦੁੱਧ ਕਰੇਗੀ, ਬੱਚੇ ਨੂੰ ਵੀ ਛੱਡਣਾ, ਵਾਧਾ ਘੱਟ ਹੈ, 12 ਕਿਲੋ 'ਚ ਹੋਏਗਾ, ਕਿੰਨਾ ਕਿੰਨੇ ਪੈਸੇ ਬਣੇ, 2000 ਰੁਪਏ ਮੁਲਾਜ਼ਮ ਨੂੰ ਦੇਣਾ ਮਹੀਨੇ ਦਾ, ਪੱਠੇ ਜਿਹੜੇ ਹੁਣ 9-10 ਤੋਂ ਕਨਾਲ, ਵੱਡਾ ਜਿਹੜਾ ਮਤਲਬ ਖਲ ਕਿਸ ਤਰ੍ਹਾਂ ਹੈ, ਚੌਕਰ 1200 ਤੋਂ ਤੋੜਾ, ਮੌਜੂਦੇ ਵਕਤ 'ਤੇ ਤਾਂ ਬਿਲਕੁਲ ਹੀ ਫੇਲ ਹੋ ਗਿਆ ਹੈ। ਇਹ ਤਾਂ ਉਹੀ ਬੰਦਾ ਸੱਟ ਖਾਂਦਾ ਜਿਹਦੇ ਮਰ ਲਿਆ ਆਪਣੇ ਸ਼ਟਾਲਾ ਕੋਲ 10 ਕਿਲੋ ਡੇਰੀ ਹੋਣ, 10 ਕਿਲੋ ਸ਼ਟਾਲਾ ਮੂੰਹ ਨਾ ਕਹੀਦਾ, ਕਿੰਨੇ ਦਾ 10 ਕਿਲੋ ਸ਼ਟਾਲਾ, ਆ 35-40 ਡੰਗਲ, ਅਜੇ 12 ਮੁੱਲ ਲੈਂਦੇ ਹਾਂ, ਕੰਡੇ ਤੋਂ ਵੀ ਲੈ ਲਈਦਾ, ਕਣਕ ਜਿਹੜੀ ਉਹ ਮਤਲਬ 60-70 ਹਜ਼ਾਰ ਤੋਂ ਕਿੱਲਾ ਲਈ, ਹਿਸਾਬ ਕਰੀ ਬੱਚੇ ਦਾ ਕੁਝ ਨਹੀਂ, ਬੱਚੇ ਦਾ ਤੁਹਾਨੂੰ ਦੱਸਿਆ ਉਦੋਂ ਜਦੋਂ ਆਇਆ ਸੀ ਉਦੋਂ ਘਰ ਦਾ ਪੱਠਾ ਦੱਸਾਂ, ਉਦੋਂ ਮਤਲਬ 2-2.5 ਲੱਖ ਰੁਪਇਆ ਮਹੀਨੇ ਦਾ ਬੱਚੇ ਦਾ, ਮੌਜੂਦਾ ਵਕਤ ਦੇ ਅੱਗੋਂ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰੀ ਕੀ ਹੋਣਾ ਜਿਹੜੇ ਹਾਲਾਤ ਜਾ ਰਹੇ। ਜੀ ਭਾਈ ਸਾਹਿਬ ਬਹੁਤ ਸ਼ੁਕਰੀਆ, ਬਹੁਤ ਕੀਮਤੀ ਤੁਹਾਨੂੰ ਗੱਲਾਂ ਦੱਸੀਆਂ ਨੇ, ਅੱਲਾ ਹਾਫਿਜ਼।